ਮੰਮੀ ਚੁੱਪ ਕਿਉਂ ਆ ਅੱਜ ਪੁੱਛੋ ਨਾ ਬਸ ਤੁਸੀਂ ਵਲੌਗ ਵੇਖੋ ਫੇਰ ਹੀ ਤੁਹਾਨੂੰ ਸਾਰਾ ਪਤਾ ਲੱਗਣਾ ਕਾਹ ਤੋਂ ਚੁੱਪ ਆਏ ਹਰਜੀਤ ਕੌਰ ਜਾਣੀ ਕਿ ਪਰਾਂ ਨੂੰ ਮੂੰਹ ਲਮਕਾ ਕੇ ਬੈਠੀ ਜਿੱਦਾਂ ਕੋਈ ਦਸਵੀਂ ਦੇ ਪੇਪਰ ਦੇਣ ਲੱਗਾ ਨੀ ਨਰਵਸ ਹੁੰਦਾ ਪਲੱਸ ਟੂ ਦੇ ਓਦਾਂ ਨਰਵਸ ਹੋਈ ਫਿਰਦੀ ਅੱਜ ਦੇ ਦੰਦਾਂ ਦਾ ਟ੍ਰੀਟਮੈਂਟ ਸ਼ੁਰੂ ਆ ਧੱਕੇ ਇਹਨਾਂ ਨੂੰ ਲੱਦ ਕੇ ਲੈ ਚੱਲਾਂ ਬਹੁਤ ਰਾਤ ਦੇ ਬਹਾਨੇ ਲਾਏ ਆ ਕਹਿੰਦੀ ਮੈਂ ਨੀ ਜਾਣਾ ਮੈਂ ਕਿਹਾ ਮੰਮੀ ਜਾਣਾ ਪੈਣਾ ਜਾ ਕੇ ਕੀ ਕਰ ਲੋਗੇ ਮੇਰੇ ਕਿਹੜਾ ਦੰਦ ਲੱਗ ਚੱਲੇ ਲਵਾ ਘਟਨੇ ਜੋ ਮਰਜ਼ੀ ਹੋ ਜੇ ਦੁਨੀਆ ਇੱਧਰ ਦੀ ਉੱਧਰ ਹੋ ਜੇ ਅਸੀਂ ਦੰਦ ਲਵਾ ਘਟਨੇ ਸੋ ਚਲੋ ਫਰੈਂਡਸ ਆਪਾਂ ਚੱਲਦੇ ਅੱਜ ਜਾਣਾ ਬਧਨੀ ਸਪੈਸ਼ਲ ਅਪੁਆਇੰਟਮੈਂਟ ਲਈ ਆ ਤੇਰੇ ਲਈ ਘਰ ਦੀ ਮੈਂ ਕਿਹਾ ਘਰੇ ਟ੍ਰੀਟਮੈਂਟ ਕਰ ਦਿਓ ਕਿ ਮੰਮੀ ਨੇ ਚੀਕਾਂ ਚੁੱਕਾਂ ਬਹੁਤ ਮਾਰਨੀਆਂ ਲਾਲਾ ਲਾਲਾ ਬਹੁਤ ਕਰਾਉਂਦੀ ਹੈ ਅਤੇ ਚੱਲਦੇ ਹੁਣ ਬਧਨੀ ਅੱਜ ਵੇਖੋ ਕੀ ਕਹਿੰਦੇ ਆ ਦੰਦਾਂ ਦਾ ਕਿੰਨੇ ਦਿਨਾਂ 'ਚ ਲੱਗ ਜੂ ਕਿੰਨੇ ਟਾਈਮ 'ਚ ਲੱਗ ਜੂ ਸਮਾਂ ਟਾਈਮ ਸਭ ਦੱਸ ਦਾਂਗੇ ਤੁਹਾਨੂੰ ਪਾਲੇ ਦੀ ਕੁੜੀ ਕੁਛ ਨਹੀਂ ਬੋਲ ਸਕਦੀ ਹੁਣ ਤਿੰਨ ਦੰਦ ਅਗਲੀ ਵਾਰ ਨਿਕਲ ਜਾਣੇ ਆ ਅਤੇ 15 ਦਿਨਾਂ ਨੂੰ ਐਂ ਪੂਰੇ ਦੰਦ ਲੱਗ ਗਏ ਨੇ ਮੰਮੀ ਤੇਰੇ ਠੀਕ ਆ ਠੀਕ ਆ ਪੀੜ ਕਿੰਨੀ ਗੰਦੀ ਪਈ ਕਿੰਨੀ ਬੋਲ ਵੇ ਆਹ ਚੀਜ਼ ਮੈਨੂੰ ਵੀ ਦਿਓ ਤੁਸੀਂ ਜਿਹਦੇ ਨਾਲ ਮੰਮੀ ਚੁੱਪ ਕਰਾਈ ਜਾ ਸਕੇ ਮੋਟੇ ਨੂੰ ਕਹਿੰਦਾ ਲੈ ਫੜ ਆਦੀ ਘਰ ਲਈ ਲਈ ਜੂਸ ਕਰ ਲੈਣਾ ਦੰਦ ਪੱਟ ਦੇ ਯਾਰ ਮੈਨੂੰ ਬੜਾ ਹਾਸਾ ਆਉਂਦਾ ਕਿਉਂਕਿ ਮੰਮੀ ਇਹ ਕਾਹਦੇ ਲਈ 500 ਅੱਛਾ ਪੱਗ ਲਈ ਲਿਆ 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 ਪੱਗ ਲਈ 500 ਰੁਪਏ ਦਿੱਤਾ ਆਪਾਂ ਪੱਗ ਲੈਣੀ ਨਾ ਅੱਜ ਯਾਰ ਮੈਨੂੰ ਹੁਣ ਇੰਨਾ ਪਤਾ ਲੱਗ ਗਿਆ ਕਿਸੇ ਚੀਜ਼ ਨਾਲ ਬੰਦੇ ਨੂੰ ਚੁੱਪ ਕਰਾਇਆ ਜਾ ਸਕਦਾ ਸਤਿ ਸ਼੍ਰੀ ਅਕਾਲ ਮੇਰੇ ਵੀਰੋ ਕੀ ਹਾਲ ਚਾਲ ਅਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅਤੇ ਅੱਜ ਅਸੀਂ ਆਏ ਹਾਂ ਦੁਕਾਨ ਹੈ ਮੀਠਾ ਰਾਮ ਜੀ ਕੇ ਇੱਥੇ ਸਾਡੇ ਗੱਗੂ ਨਾਲ ਲੱਗੀ ਹੈ ਸ਼ਰਤਾਂ ਹੀ ਫਿਰੋਜ਼ਪੁਰ ਆਏ ਕਿਸੇ ਕੰਮ ਸੀਗੇ ਅਤੇ ਗੱਗੂ ਨਾਲ ਸਾਡੀ ਸ਼ਰਤ ਲੱਗ ਗਈ ਹੈ ਵੀ ਜੇ ਤਾਂ ਅਸੀਂ ਅੱਜ ਜਿਹੜਾ ਜਿਹੜਾ ਕੁਝ ਜਿੰਨਾ ਵੀ ਔਡਰ ਕੀਤਾ ਜੇ ਤਾਂ ਅਸੀਂ ਦੋਨੇ ਖਾ ਲਿਆ ਸਿਰ ਸਾਰਾ ਬਿੱਲ ਦੇਣਾ ਗੱਗੂ ਨੇ ਨਹੀਂ ਤਾਂ ਦੂਜਾ ਬਿੱਲ ਦੇਣਾ ਫਿਰ ਜੇ ਨਾ ਖਾਧਾ ਗਿਆ ਤਾਂ ਇਸ਼ੂ ਨੇ ਠੀਕ ਹੈ ਨਾ ਖਾ ਤਾਂ ਜਾਣੇ ਆਪਾਂ ਹਾਂ ਜੀ ਕੋਈ ਚੱਕਰ ਨਹੀਂ ਮੈਂ ਤੇਰੇ ਮੈਂ ਭਾਈ ਇੰਨਾ ਸਹਿਯੋਗ ਕਰ ਸਕਦਾ ਤੇਰੇ ਨਾਲ ਖਾ ਸਕਦਾ ਇਸ ਤੋਂ ਵੱਧ ਕੋਈ ਸਹਿਯੋਗ ਨਹੀਂ ਜੇ ਭਾਈ ਜੇ ਕਿਤੇ ਗੱਲ ਆ ਗਈ ਬਿੱਲ ਤੇ ਮੇਰਾ ਵੀਰ ਭਰਾ ਤੂੰ ਇਕੱਲੇ ਨੇ ਇਹ ਦੁਨੀਆਦਾਰੀ ਫਿਰ ਇੱਥੇ ਪਤਾ ਹਾਂ ਕਿਸ਼ਤਾ ਕੁਛ ਤਾਂ ਕੋਈ ਨਹੀਂ ਉਹਨਾਂ ਨੇ ਬੋਲੇ ਜੇ ਵੇਲਾ ਫਿਰ ਬਾਅਦ ਚੋਂ ਅੰਦਰ ਲੈ ਜਾਣਾ ਤੇ ਭਾਂਡੇ ਵਜਾਉਣੇ ਹੀ ਅਗਲਿਆਂ ਨੇ ਤੇ ਚਲੋ ਠੀਕ ਆ ਅੰਦਰ ਜਾ ਕੇ ਮਿਲਦੇ ਆ ਫਿਰ ਤੁਹਾਨੂੰ ਦੱਸ ਦਿੰਦੇ ਹਾਂਜੀ ਸਤਿ ਸ੍ਰੀ ਅਕਾਲ ਤੇ ਕੀ ਹਾਲ ਚਾਲ ਆ ਉਹ ਦੋ ਬੰਦਿਆਂ ਨੂੰ ਆਪਾਂ ਨਾ ਦੋਵੇਂ ਇੱਕੋ ਜਿਹੇ ਵਿਖਾ ਦੋਵੇਂ ਪਹਿਲਾਂ ਸਾਰੇ ਮੰਗਾ ਲੈਣਾ ਸਾਰਾ ਰਾਸ਼ਨ ਮੰਗਾ ਦਨੇ ਬਹੁਤ ਖਾਣ ਕਰ ਕਰਦੇ ਮੈਂ ਖਾਓ ਪਛਾਣ ਸਿੰਘ ਕੋਲੋਂ ਪਾਰਟੀ ਆ ਆ ਕੀ ਹੈ ਤੇ ਮਿੱਠਾ ਵੇਖਦੇ ਕਿੰਨਾ ਕਿੰਨਾ ਖਾ ਸਕਦੇ ਆ ਸ਼ਾਹੀ 2 ਪਲੇਟ ਡੋਸਾ ਕਰ ਦਿਓ ਪਨੀਰ ਵਾਲੇ 2 ਪਲੇਟ ਮੋਮਸ ਕਰ ਦਿਓ ਪਨੀਰ ਵਾਲੇ ਤੇ 2 ਪਲੇਟ ਕਰ ਦਿਓ ਦੂਜੇ ਉਹ ਨਹੀਂ ਚਿਲੀ ਵਾਲੇ ਉਪਮਾ ਨਹੀਂ ਖਾਣਾ ਆਪਾਂ ਉਪਮਾ ਨਹੀਂ ਖਾਣਾ ਕੁੱਤਾ ਪਾਣੀ ਕੁੱਤਾ ਪਾਣੀ ਖਾਣਾਗਾ ਟੇਬਲ ਭਰਾਉਣਾ ਹੈ ਬੰਦਿਆਂ ਨੂੰ ਸ਼ਾਹੀ ਹਾਕਾ ਨੂਡਲ ਕਰ ਦਿਓ ਤੇ ਸ਼ਾਹੀ ਨਾਲ ਵੈਜ ਫਰਾਈਡ ਰਾਈਸ ਵੀ ਕਰ ਦਿਓ 1 ਪਲੇਟ ਮੋਮਸ ਤਾਂ ਕਰਾ ਦੇ ਆ ਤੇ ਹੋਰ ਕੀ ਕਹਿੰਦਾ ਆਟਾ ਗੋਲ ਆਟਾ ਗੋਲ ਗੱਪੇ ਵੀ ਕਰ ਦੀ ਸ਼ਾਹੀ ਠੀਕ ਹੈ ਠੀਕ ਹੈ ਹੋਰ ਇਹਨਾਂ ਨੂੰ ਆਪਾਂ ਸ਼ਰੇਆਮ ਕਹਿਤਾ ਜੇ ਤਾਂ ਤੁਸੀਂ ਖਾ ਲਿਆ ਤੇ ਬੈਲ ਆਪਾਂ ਦੇਣਾ ਤੇ ਜੇ ਨਾ ਖਾਧਾ ਗਿਆ ਫਿਰ ਭਾਂਡੇ ਤੁਹਾਡਾ ਸਾਲ ਦਾ ਰਾਸ਼ਨ ਆ ਰਾਤ ਉਹ ਜਦੋਂ ਪਨੀਰ ਵਾਲੇ ਨਾ ਰਗੜੇ ਚੇਤਾ ਹੀ ਕਿਵੇਂ ਜਾਂਦੇ ਸੀ ਉੱਡਦੇ ਆ ਮੈਂ ਪਤਾ ਕਾਹਤੋਂ ਫੜਿਆ ਤੈਨੂੰ ਇਹਨਾਂ ਨੇ ਮੈਂ ਮੋਹਰਾਂ ਢਿੱਡ 'ਚ ਮਾਰਨਾ ਜਦੋਂ ਨਾ ਖਾਧਾ ਕਿ ਜਦੋਂ ਲਾਰ ਕਰਨੇ ਉਹ ਅੱਫ ਜਾਂਦਾ ਹੁੰਦਾ ਬੰਦਾ ਨਾ ਹਵਾ ਕੱਢੀ ਦਿੰਦੀ ਆ ਇੱਕ ਚੀਜ਼ ਨਹੀਂ ਹੁਣ ਤਾਂ ਪੂਰੀ ਉਲੀ ਖਾਈ ਆ ਦੰਦ ਲੈਣਾ ਨੂੰ ਪੈ ਜਾਣੀ ਮੇਰੇ ਨਾਲ ਚੀਜ਼ਾਂ ਪੀੜੀਆਂ ਵੀ ਆ ਮੈਂ ਆਹ ਚਟਣੀਆਂ ਚੁਟਣੀਆਂ ਸਾਰੀਆਂ ਦੀ ਗੱਲ ਕੀਤੀ ਆ ਕਰੀਮਾ ਕਰੂਮਾ ਸਭ ਖਾ ਲਓ ਹੁਣ ਮੋਮਸ ਨੂੰ ਲੱਗੇ ਪਏ ਮੋਮਸ ਨੂੰ ਲੱਗ ਚੁੱਕੇ ਨੌਜਵਾਨ ਮੋਮਸ ਹੀ ਬੜੇ ਭਾਣੇ ਹੁਣ ਪਨੀਰ ਬਹੁਤ ਪਾਉਣਾ ਪਾਉਣਾ ਕਿਲੋ ਦੇ ਆ ਇਹ ਕਹਿੰਦੇ ਪੈਗ ਲਈ ਸਪੈਸ਼ਲ ਹੈ ਤੇ ਦੋਵੇਂ ਪੈਗ ਵਾਲੇ ਆ ਪਰ ਲਾਉਂਦੇ ਨਹੀਂ ਹਾਂ ਠੀਕ ਹੈ ਇਹ ਗੋਲ ਗੱਪਿਆਂ 'ਚ ਵੀਰੇ ਅਜੇ ਬਹੁਤ ਕੁਝ ਆਉਣ ਵਾਲਾ ਪਿਆ ਰੈੱਡ ਵਾਈਨ ਤੇ ਗ੍ਰੀਨ ਵਾਈਨ ਇੱਕ ਡਿਸ਼ ਲੈ ਗਏ ਅਸੀਂ ਲੱਕੋ ਵੇਖ ਲਾ ਉਹ ਐਡੀ ਨਹੀਂ ਬਣਾਉਂਦਾ ਪਿਆ ਹੋਲੇ ਇੱਕ ਇੱਕ ਲਈ ਆਪਾਂ ਆਹ ਛੋਟਾ ਚਮਚਾ ਬਣਾ
ਇੱਕ ਪਲੇਟ ਤੇ ਦੋ ਪਲੇਟਾਂ ਖਤਮ ਕਰ ਦਈਏ ਇੱਕ ਇੱਕ ਦੋ ਪਲੇਟਾਂ ਮੋਮੋਸ ਦੀਆਂ ਖਾ ਗਏ ਅਸੀਂ ਦੋ ਮੋਮੋਸ ਦੀਆਂ ਖਾ ਗਏ ਆ ਘਾਟਾ ਨਾ ਕਿਹਾ ਹੁਣ ਕਚੋਰੀ ਹੋਣੀ ਵੀ ਚੱਲੇ ਅੰਦਰ ਨੂੰ ਖਾਲੀ ਦਾ ਕਰਕੇ ਮੈਨੂੰ ਪਹਿਲਾਂ ਵੇਖਦੇ ਕਿਹਦੀ ਬਾਤ ਹੁੰਦੀ ਆ ਨੈਪਕਿਨ ਦਿੰਦੇ ਨੇ ਜਿੰਨੇ ਕਹਿੰਦੇ ਨੈਪਕਿਨ ਫੜ ਰੱਖੀ ਚੱਕ ਖਵਾ ਖਵਾ ਇਹਨਾਂ ਨੂੰ ਤੰਗ ਕਰੇ ਸਵੇਰ ਨੂੰ ਕੁੜੀਆਂ ਦਾ ਬੜਾ ਦਿਲ ਉਹ ਮੁੜਦਾ ਹੋਣਾ ਇਹਨਾਂ ਨੂੰ ਦੱਸਿਓ ਕਿਹੜੀ ਕਿਹੜੀ ਕੰਟਰੀ ਇਹਨਾਂ ਦਾ ਨਾਂ ਕੀ ਆ ਸਾਡੇ ਗੋਲ ਗੱਪੇ ਆ ਪਾਪੜੀ ਖਾਧੀ ਕਿਸੇ ਨੇ ਪਾਪੜੀ ਵੀ ਦੋ ਵੀਰ ਜੀ ਨੂੰ ਲਿਆ ਗਈ ਨਹੀਂ ਕਾਲੀ ਉਹ ਦਹੀਂ ਭੱਲੇ ਸੀ ਆ ਰਾਸ਼ਨ ਖਾਣ ਤੋਂ ਬਾਅਦ ਲੱਗੇ ਡੋਕਲਾ ਖਾਣਾ ਜਿਹੜਾ ਆਦੀ ਤਾਂ ਬੜੀ ਸਵਾਦ ਆਣੀ ਹੈ ਹੈ ਹਾਂ ਜੀ ਡੋਕਲਾ ਪਹਿਲੀਆਂ ਕਿਵੇਂ ਸੀਗੀਆਂ ਪਹਿਲੀ ਵਾਰ ਮੈਂ ਆ ਡੋਸਾ ਬਹੁਤ ਸਵਾਦ ਸੀ ਨੀਰ ਵਾਲਾ ਬਹੁਤ ਸਵਾਦ ਮੋਮਸ ਤਾਂ ਲੱਭੇ ਨਹੀਂ ਬਾ ਹੁਣ ਹੱਕਾਂ ਨੂੰ ਉਹਨਾਂ ਨੇ ਖਾਣੀ ਮੈਂ ਮਗਾਲਾਂਗਾ ਆਪਦੇ ਲਈ ਬੈਸਟਿੰਗ ਬਹੁਤ ਦਿੰਦਾ ਥੋੜਾ ਰਹਿ ਗਿਆ ਰਾਸ਼ਨ ਹੋਰ ਤਾਂ ਚੀਜ਼ ਵੀ ਰਹਿੰਦੀ ਆ ਦੱਸੋ ਜੀ ਨਹੀਂ ਰਹਿੰਦਾ ਕੀ ਆ ਚ ਮੋਮਸ ਰਹਿੰਦੇ ਆ ਵਿੱਚ ਮੋਮਸ ਰਹਿੰਦੇ ਆ ਲਿਆ ਲਿਆ ਪਟਨੇ ਚਾਹੀਦੇ ਆ ਸੱਟ ਵਿੱਚ ਸੱਟਣਾ ਚਿਲੀ ਪਟੈਟੋ ਵਿੱਚ ਸੱਟ ਹੋਰ ਵਿੱਚ ਡਬਲੂ ਡਬਲੂ ਮੂੰਹ ਚ ਪਾਣੀ ਆਉਂਦੇ ਆ ਖਾਲੋ ਜੇ ਖਾਣਾ ਦੇ ਐਵੇਂ ਨਾ ਬਾਅਦ ਚੋਂ ਸਾਡੇ ਮੂੰਹ ਅਸੀਂ ਤਾਂ ਨੇਰ ਰਗੜ ਹੀ ਦੇਣਾ ਹਰਾ ਕੋ ਇਹ ਵੀ ਗੈ ਲੈ ਟੈਨਸ਼ਨ ਨਾ ਮੋਮਸ ਖਾਣਾ ਮੋਮਸ ਖਾਦੇ ਆ ਉਹਨੇ ਪਲੇਟ ਫੜਾ ਦੇ ਤੂੰ ਪਲੇਟ ਰੱਖ ਲੈ ਨਹੀਂ ਇੱਧਰ ਰੱਖ ਹੁਣ ਪਾਣੀ ਪੀਏ ਪਹਿਲਾਂ 2 ਮਿੰਟ ਪਾਣੀ ਨਾ ਵੀ ਵੀ ਆਫਰ ਜੂਗੇ ਪਾਣੀ ਨਾਲ ਤਾਂ ਢਿੱਡ ਭਰ ਢਿੱਡ ਭਰ ਜੂਗਾ ਢਿੱਡ ਭਰ ਜਾਣਾ ਢਿੱਡ ਭਰਨੇ ਆਏ ਔਰ ਅਸੀਂ ਕਰਨ ਕੀ ਦੇ ਬਸ ਇਹ ਆਪਾਂ ਛੱਤ ਜਿੱਤਦੇ ਆ ਐਵੇਂ ਜਿੱਤਦੇ ਆ ਤੁਸੀਂ ਛੱਤ ਹੱਥ ਖੜੇ ਆ ਸਾਰੇ ਬੰਦੇ ਦੇਖਦੇ ਪਾਣੀ ਪਾਸੇ ਰੇ ਉਹ ਵੀ ਵੇਖਦੇ ਖਾ ਲੈਣਗੇ ਹਾਲੇ ਤਾਂ ਬੈਠੇ ਆ ਉਧਰ ਇੱਕ ਉਹ ਬੰਦੇ ਵੇਖਦੇ ਖਾ ਇਹ ਖਾ ਲੈਣਗੇ ਇਹਨਾਂ ਦਾ 10 ਤੋਂ 15 ਮਿੰਟ ਲੱਗੇ ਲੱਗਦਾ ਬਸ ਮੈਨੂੰ ਐ ਰਾਤ ਨੂੰ ਢਿੱਡ ਢਿੱਡ ਤਾਂ ਇਹਨਾਂ ਨੂੰ ਪਹਿਲਾਂ ਬਾਹਰ ਆਉਂਦੇ ਹਨ ਨਾ ਹੁਣ ਉਹ ਕਹਿੰਦੇ ਯਾਰ ਧੱਕਾ ਨਾ ਕਰੋ ਹਨਾ ਓਏ ਡੋਸਾ ਜਾਂ ਬਾੜਾ ਬਸ ਹੈ ਸਵਾਦ ਵੀ ਬੜਾ ਤੇ ਗੁਰੂਆ ਢਿੱਡ ਭਰ ਗਿਆ ਪਰ ਜੀ ਨਹੀਂ ਭਰਿਆ ਲੈ ਵੀ ਜੀ ਕਰੀਆ ਤਾਂ ਖਾ ਲਈ ਖਾਣਾ ਪੈਂਦਾ ਨਹੀਂ ਖਾਂਦੇ ਘਰੇ ਵੀ ਜਾਣਾ ਇੱਥੋਂ ਤੱਕ ਆਇਆ ਮੈਂ ਕੰਮ ਹੱਥ ਖੜੇ ਨਹੀਂ ਨਹੀਂ ਹੱਥ ਖੜੇ ਤੇ ਤੂੰ ਹੱਥ ਖੜੇ ਕਰਕੇ ਜ਼ਮੀਨ ਦੀ ਆ ਇਹ ਥੋੜਾ ਮੋੜਾ ਮੁੰਡਾ ਦੱਸ ਪਾਣੀ ਇੱਕ ਹੱਥ ਤਾਂ ਖੜਾ ਹੀ ਆ ਹੁਣ ਇਹ ਹੁਣ ਇੱਕ ਹੱਥ ਸਿਰ ਤੇ ਹੀ ਆ ਬਸ ਸਹੀ ਖੜੀ ਆ ਡੋਸਾ ਜਾ ਨੂੰ ਮੈਂ ਖਾ ਗਏ ਸਾਰਾ ਕੁਝ ਉਹ ਐਂਡ ਵਾਲਾ ਨੂਡਲ ਜਿਹਾ ਵੀ ਖਾਈ ਜਾਂਦੇ ਆ ਹਾਂ ਮਮਾ ਖਾਈਏ ਨਾ ਉਹ ਡੰਡਾ ਕਨੇ ਮੇਰ ਦਾ ਕੰਮ ਕਿਉਂ ਇਹ ਤਾਂ ਇਹਨਾਂ ਨੇ ਪਲੇਟਾਂ ਵੇ ਕਿਵੇਂ ਖਲਾ ਖਲਾ ਰੱਖੇ ਇਹ ਜਿਵੇਂ ਗਾਚੀ ਵਾਲਾ ਟੋਕਾ ਗਾਚਾ ਨਹੀਂ ਖਿੱਚਦਾ ਉਹ ਖਿੱਚਦੇ ਸਾਰਾ ਰਾਸ਼ਨ ਇਹ ਤਾਂ ਯਾਰ ਵਾਕਈ ਨਾ ਮੱਕੀ ਬੀਜਣ ਵਾਲੀ ਮਸ਼ੀਨ ਵਾਂਗੂ ਨਾ ਵਧ ਹੀ ਜਾਂਦੇ ਆ ਖਰਾਬ ਹੋ ਜਾਂਦੇ ਮੈਂ ਗਿਆ ਗੁਰੂ ਅੰਦਰ ਆਓ ਚੱਕ ਜੂਲੀ ਵੀ ਆ ਗਈ ਲੈ ਕੇ ਆਈ ਵੀਰੇ ਜੂਲੀ ਮੈਂ ਵੀ ਖਾਧੀ ਵੇਖ ਕੇ ਰਹਿਣ ਗਿਆ ਮੁੱਕ ਗਈ ਸਵਾਦ ਹੈ ਕੋਈ
मेवा बाइट बाइट बहुत सारा गोदाम बाइट